बटाला नजदीकी कस्बा शेखुपुरा कोल नेशनल हाईवे ते होए कतल दी गुत्थी नूं सुलझाउंदे पुलिस ने मृतक ते दोस्त नूं काबू कीता है। जानकारी दिंदिया एसएसपी सतिंदर सिंह ने दस्या कि अजीतपाल सिंह ते अमृतपाल सिंह विचकार किसे गल नूं लैके बहसबाजी हो गई सी, जिस दे चलदिया अमृतपाल सिंह ने अपने लाइसेंसी रिवॉल्वर नाल अजीतपाल सिंह ते फायर कर दिते। फिलहाल अमृतपाल सिंह समेत रिवॉल्वर ते गड्डी बरामद कर ली गई है, जबकि दूजा आरोपी फरार है जिस नूं जल्द ही काबू कर लिया जाएगा। ਅਸੀਂ ਇਹ ਚੀਜ਼ ਲੱਭ ਲਈ ਕਿ ਇਹ ਮਰਡਰ ਅੰਮ੍ਰਿਤਪਾਲ ਵੱਲੋਂ ਹੀ ਕੀਤਾ ਗਿਆ ਸੀ ਅਤੇ ਨਾਲ ਉਹਦਾ ਮਾਸੀ ਦਾ ਲੜਕਾ ਗੁਰਮੁਖ ਸਿੰਘ, ਜਿਹੜਾ ਕਿ ਹੱਬ 24 ਨਾਂ ਦਾ ਇੱਕ ਰੈਸਟੋਰੈਂਟ ਹੈਗਾ ਆ ਮੇਨ ਰੋਡ 'ਤੇ ਹੀ, ਉਹਦਾ ਮਾਲਕ ਆ, ਅਤੇ ਉੱਥੇ ਮਰਡਰ ਵੀ ਉੱਥੇ ਹੋਇਆ ਹੱਬ 24 'ਤੇ, ਔਰ ਉੱਥੇ ਸਾਨੂੰ ਫਿਰ ਬਲੱਡ ਦੇ ਸੈਂਪਲਸ ਵੀ ਮਿਲ ਗਏ ਆ। ਉੱਥੇ ਮਰਡਰ ਕਰਕੇ ਇਹਨਾਂ ਦੋਨਾਂ ਨੇ ਉਹਦੀ ਡੈੱਡ ਬਾਡੀ ਅਜੀਤਪਾਲ ਦੀ ਕਾਰ ਦੇ ਵਿੱਚ ਰੱਖੀ। ਕਾਰ ਦੇ ਵਿੱਚ ਰੱਖ ਕੇ ਫਿਰ ਜਿਹੜਾ ਇਹਨੇ ਪਹਿਲਾਂ ਦੱਸਿਆ ਕਿ ਅਸੀਂ ਸੈਲਫ ਡਿਫੈਂਸ ਵੀ ਫਾਇਰ ਕੀਤੇ ਆ, ਉਹ ਵੀ ਫਿਰ ਗੱਡੀ 'ਚ ਬੁਲੇਟਸ ਵੀ ਇਹਨੇ ਅੰਮ੍ਰਿਤਪਾਲ ਅਤੇ ਇਹਦੇ ਮਾਸੀ ਦੇ ਲੜਕੇ ਗੁਰਬਖਸ਼ ਸਿੰਘ ਵੱਲੋਂ ਹੀ ਉਹ ਸਾਰੀ ਕਹਾਣੀ ਪਲੈਨ ਕਰਕੇ ਤਾਂ ਗੱਡੀ ਦੇ ਵਿੱਚ ਗੋਲੀਆਂ ਮਾਰ ਕੇ ਸੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੋਈ ਅਣਪਛਾਤੇ ਬੰਦੇ ਆ ਕੇ ਇਹ ਚੀਜ਼ ਕਰਕੇ। ਹਾਂਜੀ, ਇਹਨੂੰ ਆਪ ਹੀ ਲੈ ਕੇ, ਕਿਉਂਕਿ ਇਹਨਾਂ ਨੇ ਇਹ ਕਹਾਣੀ ਸਾਰੀ ਬਣਾਈ ਸੀ, ਆਪ ਹੀ ਲੈ ਕੇ ਇਹ ਹੋਸਪਿਟਲ ਗਿਆ ਸੀ, ਪਰ ਇਹਦੀ ਡੈਥ ਹੋ ਚੁੱਕੀ ਸੀ ਜਦੋਂ ਇਹ ਗਿਆ ਜੀ। ਔਰ ਸਾਨੂੰ ਇਨਵੈਸਟੀਗੇਸ਼ਨ 'ਚ ਟੈਕਨੀਕਲ ਐਵੀਡੈਂਸਿਸ ਵੀ ਕਾਫੀ ਮਿਲ ਗਏ ਆ, ਸਾਨੂੰ ਸੀਸੀਟੀਵੀ ਫੁਟੇਜਿਸ ਵੀ ਮਿਲ ਗਈਆਂ ਜਿੱਥੇ ਮੇਰੀ ਡੈੱਡ ਬਾਡੀ ਨੂੰ ਪਿਲੋ ਘੜੀਸ ਰਹੇ ਆ, ਫਿਰ ਇਹ ਡੈੱਡ ਬਾਡੀ ਨੂੰ ਚੁੱਕ ਕੇ ਕਾਰ ਦੇ ਵਿੱਚ ਪਾ ਰਹੇ ਆ, ਉਦੋਂ ਕਾਰ ਬਿਲਕੁਲ ਠੀਕ ਠਾਕ ਹੈ ਜੀ। ਅਤੇ ਸੋ ਇਹ ਸਾਰਾ ਕੰਮ ਇਹਨਾਂ ਦੋਨਾਂ ਵੱਲੋਂ ਹੀ ਕੀਤਾ ਗਿਆ। ਫਿਰ ਇਹਨਾਂ ਨੇ ਕਹਾਣੀ ਵੀ ਪਲੈਨ ਕੀਤੀ ਕਿ ਅਸੀਂ ਕਿੱਦਾਂ ਹੁਣ ਪੁਲਿਸ ਤੋਂ ਬਚਣਾ ਕਿੱਦਾਂ, ਅਤੇ ਅਸੀਂ ਇਹ ਸਟੋਰੀ ਮੇਕਅਪ ਕਰੀਏ। ਹਾਂਜੀ, ਵੈਪਨ ਰਿਕਵਰ ਹੋ ਗਿਆ ਜੀ, ਜਿਹੜਾ ਪਿਸਟਲ ਜਿਹਦੇ ਨਾਲ ਅੰਮ੍ਰਿਤਪਾਲ ਦਾ ਪਿਸਟਲ ਸੀਗਾ ਉਹ ਵੀ ਰਿਕਵਰ ਹੋ ਗਿਆ, ਅਤੇ ਜੀਤਪਾਲ ਦਾ ਵੀ ਰਿਵੋਲਵਰ ਸਾਨੂੰ ਮਿਲ ਗਿਆ। ਸਰ ਕੰਮ ਕਿਹਾ ਇਹਦੇ ਵਿੱਚ? ਕਾਰਨ ਦੇਖੋ, ਕਿਉਂਕਿ ਕੱਲ੍ਹ ਰਾਤ ਦਾ ਵਾਕਿਆ ਹੈ, ਇਨੀਸ਼ਲੀ ਪਹਿਲਾਂ ਕੰਪਲੇਨੈਂਟ ਹੀ ਅੰਮ੍ਰਿਤਪਾਲ ਆਪ ਸੀਗਾ, ਪਰ ਫਿਰ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਸਾਰੀ ਚੀਜ਼ ਲੱਭੀ ਹੈ। ਮੌਕੇ 'ਤੇ ਜਿੰਨਾ ਕੁ ਹਲੇ ਤੱਕ ਚੀਜ਼ ਸਾਹਮਣੇ ਆਈ ਹੈ ਕਿ ਮੌਕੇ 'ਤੇ ਹੀ ਇਹਨਾਂ ਦਾ ਝਗੜਾ ਹੋਇਆ ਅਜੀਤਪਾਲ ਅੰਮ੍ਰਿਤਪਾਲ ਨੂੰ ਲੈ ਕੇ, ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ, ਉਸ ਚੀਜ਼ ਸਾਡੇ ਧਿਆਨ ਵਿੱਚ ਹੈ, ਫਾਈਲ 'ਤੇ ਹੈ, ਉਹਨੂੰ ਅਸੀਂ ਫਰਦਰ ਵੈਰੀਫਾਈ ਕਰ ਲਈ। ਪਤਾ ਚੱਲਦਾ ਕਿ ਜਿਹੜਾ ਅੰਮ੍ਰਿਤਪਾਲ ਉਹ ਇਹੀ ਕਹਿੰਦਾ ਸੀ ਕਿ ਤੂੰ ਮੇਰੇ ਸਿੱਖਿਆਕਾਰੀ ਦੇ ਨਾਮ ਬੋਲ ਜਾਂਦਾ। ਹਾਂਜੀ, ਇਹ ਦੇਖੋ ਇਹ ਇਨੀਸ਼ੀਅਲ ਹਲੇ ਚੀਜ਼ਾਂ ਹੈਗੀਆਂ, ਇਹ ਚੀਜ਼ ਬਿਲਕੁਲ ਸਾਹਮਣੇ, ਇਹ ਵੀ ਚੀਜ਼ ਸਾਹਮਣੇ ਆਈ ਹੈ, ਪਰ ਇਹਦੇ ਪਿੱਛੇ ਕੋਈ ਹੋਰ ਵੱਡਾ ਵੀ ਕਾਰਨ ਕੋਈ ਹੋ ਸਕਦਾ ਹੈ ਕਿ ਨਹੀਂ, ਉਹ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ। ਇਹ ਤਾਂ ਇਨੀਸ਼ੀਅਲ ਚੀਜ਼ ਤਾਂ ਸਾਹਮਣੇ ਆਈ ਹੈ। ਗ੍ਰਿਫਤਾਰੀ ਵੀ ਅੰਮ੍ਰਿਤਪਾਲ ਅਰੈਸਟ ਹੋ ਚੁੱਕਾ ਹੈ, ਔਰ ਗੁਰਮੁਖ ਸਿੰਘ ਭੱਜਿਆ ਹੋਇਆ, ਅਤੇ ਗੁਰਮੁਖ ਸਿੰਘ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ। ਅੰਮ੍ਰਿਤਪਾਲ ਦੀ ਅਰੈਸਟ ਪੈ ਚੁੱਕੀ ਆ, ਔਰ ਹੱਬ 24 ਤੋਂ ਜਿੱਥੇ ਮਰਡਰ ਹੁੰਦਾ ਹੈ ਉੱਥੋਂ ਅਸੀਂ ਬਲੱਡ ਸੈਂਪਲ ਵੀ ਲਏ ਆ, ਔਰ ਇਹ ਸਾਰੀਆਂ ਇਨਵੈਸਟੀਗੇਸ਼ਨ ਹੁਣ ਅਸੀਂ ਕਰ ਰਹੇ। ਪਤਾ ਚੱਲ ਸਕਿਆ ਸਰ ਕਿੰਨੇ ਫਾਇਰ ਹੋਏ ਉਸ ਸਮੇਂ ਗਾੜੀ ਗੱਡੀ ਉੱਤੇ ਜਾਂ ਉਸ ਦੇ ਸੀਟ? ਗੱਡੀ 'ਤੇ ਇਹਨਾਂ ਨੇ ਦੋ ਫਾਇਰ, ਜਦੋਂ ਬਾਅਦ 'ਚ ਇਹਨਾਂ ਨੇ ਕਹਾਣੀ ਬਣਾਈ, ਗੱਡੀ ਦੇ ਫਰੰਟ ਸ਼ੀਸ਼ੇ 'ਤੇ ਦੋ ਫਾਇਰ ਕੀਤੇ ਆ। ਅਜੀਤਪਾਲ ਹੁਣਾਂ ਦਾ ਪੋਸਟਮਾਰਟਮ ਚੱਲ ਰਿਹਾ ਆ, ਉਹ ਫਿਰ ਉਸ ਤੋਂ ਬਾਅਦ ਕਲੀਅਰ ਹੋਊਗਾ ਵੀ ਕਿੰਨੀਆਂ ਗਨਸ਼ੋਟ ਇੰਜਰੀਜ਼ ਆ। ਬਟ ਜੋ ਹੁਣ ਤੱਕ ਇਨਵੈਸਟੀਗੇਸ਼ਨ 'ਚ ਆਇਆ ਵੀ ਇੱਕ ਹੀ ਬੁਲਟ ਸੀਗੀ ਜਿਹੜੀ ਉਹਨਾਂ ਦੇ ਸਿਰ 'ਚ ਵੱਜੀ ਆ, ਫੇਸ 'ਤੇ, ਤਾਂ ਉਹਦੇ ਨਾਲ ਡੈਥ ਹੋਈ। ਹਲੇ ਕਿਉਂਕਿ ਬੜੀ ਇਨੀਸ਼ਲ ਸਟੇਜ 'ਤੇ ਆ, ਰਾਤ ਲੇਟ ਰਾਤ ਦਾ ਵਾਕਿਆ ਹੈ ਜੀ, ਔਰ ਬਿਲਕੁਲ ਹੀ ਇਹਨਾਂ ਨੇ ਜਿਹੜੀ ਝੂਠੀ ਕਹਾਣੀ ਬਣਾਈ ਸੀ ਪੁਲਿਸ ਨੂੰ ਗਲਤ ਗਾਈਡ ਕਰਨ ਲਈ, ਪਹਿਲਾਂ ਤਾਂ ਅਸੀਂ ਉਸ ਪਾਸੇ ਹੀ ਇਨਵੈਸਟੀਗੇਟ ਕਰਦੇ ਰਹੇ ਵੀ ਜੋ ਇਹ ਕੰਪਲੇਨੈਂਟ ਕਹਿ ਰਿਹਾ ਹੈ, ਤਾਂ ਫਿਰ ਬਾਅਦ 'ਚ ਇਹ ਚੀਜ਼ਾਂ ਸਾਹਮਣੇ ਆਈਆਂ। ਹੁਣ ਫਿਰ ਇਸ ਤੋਂ ਬਾਅਦ ਦੇਖਾਂਗੇ ਵੀ ਇਹਨਾਂ ਨਾਲ ਹੋਰ ਵੀ ਬੰਦੇ ਇਨਵੋਲਵ ਹੈ ਕਿ ਨਹੀਂ ਹੈ। ਅੰਮ੍ਰਿਤਪਾਲ ਕੀ ਗੱਲ ਹੋ ਗਈ, ਖਾਸ ਦੋਸਤ ਨੂੰ ਹੀ ਮਾਰਨਾ ਪੈ ਗਿਆ? ਭਾਜੀ ਕੁਦਰਤੀ ਮੈਨੂੰ ਉਹਨੇ ਬੁਲਾਇਆ ਉੱਥੇ, ਤੇ ਉੱਥੇ ਕੋਈ ਮਾੜਾ ਮੋਟਾ ਜਿਹਾ ਹੋਇਆ, ਤੇ ਕੋਈ ਅਸੀਂ ਕੋਈ ਬਹੁਤੀ ਗੱਲ ਨਹੀਂ ਚੱਕਦਾ। ਕਿਸ ਗੱਲ ਨੂੰ ਲੈ ਕੇ ਹੋਇਆ? ਨਾਰਮਲ ਆਪਣੀ ਗੱਲ ਕਰਦੇ ਕੋਈ ਢੇਲੇ, ਉਹਨਾਂ ਨੇ ਪੈਕ ਪੂਕ ਜ਼ਿਆਦਾ ਕੀਤਾ ਹੈ, ਉਹਨਾਂ ਨੇ ਇੱਥੇ ਪਾਇਆ ਪਸਾਵ, ਉਹਨਾਂ ਨੇ ਕੱਢ ਲਿਆ ਪਈਆਂ, ਤੇ ਇਸੇ ਤੋਂ ਮੈਨੂੰ ਇੱਕ ਬੰਦਾ ਹਟਾਉਣ ਡਿਆ ਵਿੱਚ,
कहानी क्यों फिर बनानी पै गई पहला झूठी कहानी बनाई फिर तुम फड़े इन्वेस्टिगेशन कर ली ਫਿਰ ਮੈਂ ਪਜਲ ਹੋ ਗਿਆ ਮੈਂ ਤਾਂ ਉਹ ਡੈਡ ਹੋ ਗਿਆ ਉਸੇ ਮੌਕੇ 'ਤੇ ਮੈਂ ਅੰਮ੍ਰਿਤਸਰ ਨੂੰ ਜਾਣ ਲਿਆ ਮੈਂ ਰਾਹ 'ਚੋਂ ਫਿਰ ਮੁੜ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਦਿਮਾਗ ਮੇਰਾ ਬਲੰਟ ਹੋ ਗਿਆ ਕਿੰਨੀ ਪੁਰਾਣੀ ਦੋਸਤੀ ਮੇਰੀ ਤਕਰੀਬਨ ਮੇਰੇ ਫਾਦਰ ਸਾਹਿਬ ਤੋਂ ਹੀ ਮਤਲਬ ਉਹਨਾਂ ਨਾਲ ਦੋਸਤੀ ਸਾਲ ਕੋਈ ਪਤਾ ਚੱਲਦਾ ਕਿੰਨੀਆਂ ਸਾਲਾਂ ਦੀ ਪੁਰਾਣੀ ਉਹ 2009 ਤੋਂ ਬਾਹਰੋਂ ਆਏ ਉਦੋਂ ਦੇ ਮੇਰੇ ਉਹਨਾਂ ਨਾਲ ਰਿਲੇਸ਼ਨ ਹੈ ਲੱਗਦਾ ਨਹੀਂ ਗਲਤੀ ਹੋ ਗਈ ਹੈ ਦੋਸਤੋਂ ਨਾਲ ਬਈ ਮੈਂ ਜਾਣ ਬੁੱਝ ਕੇ ਨਹੀਂ ਮਾਰਿਆ ਮੈਂ ਵੀ ਆਪਣੇ ਵੱਲੋਂ ਉਹਨਾਂ ਨੇ ਮੇਰੇ 'ਤੇ ਰੱਖਿਆ ਪਿਸਤੌਲ ਮੈਂ ਉਹਨਾਂ ਨੂੰ ਆਪਣੇ ਕਵਰਿੰਗ ਵਾਸਤੇ ਮੈਂ ਕੱਢਿਆ ਵਾ ਤੇ ਉਹ ਗੋਲੀ ਚੱਲ ਕੇ ਜਾ ਕੇ ਜਿਸ ਤਰੀਕੇ ਨਾਲ ਗੱਡੀ ਉੱਤੇ ਫਾਇਰਿੰਗ ਹੋਈ ਸਾਰਾ ਤੂੰ ਮੈਂ ਕਿਸ ਗੱਲ ਤੋਂ ਸੀ ਜਿਹੜੀ ਤੂੰ ਮੈਂ ਆਪਸੀ ਜਿਹੜੀ ਸਾਡੀ ਬਹਿਸ ਬਾਜੀ ਕਿਸ ਤੋਂ ਹੋਈ ਕਿਹੜੀ ਗੱਲ ਤੋਂ ਹੋਈ ਤੂੰ ਮੈਂ ਉਹਨਾਂ ਦੀ ਨਾ ਲੱਗੇ ਕਿ ਚਾਚੀ ਦੀ ਡੈਥ ਹੋਈ ਉਹ ਮੇਰੇ ਨਾਲ ਇਹੋ ਗੱਲ ਕਰਨੇ ਵੀ ਤੁਸੀਂ ਉੱਧਰ ਕੀ ਕਰਨ ਗਏ ਤੇ ਮੇਰੇ ਦੋਸਤ ਸੀ ਤੇ ਉੱਧਰ ਕਿ ਮੈਂ ਕਿ ਨਾਰਮਲ ਗੱਲ ਹੈ ਤੇ ਪਿੰਡ ਸਾਰੇ ਮਤਲਬ ਜਾ ਸਕਦੇ ਜੇ ਕਰੀ ਗੱਲ ਮੈਨੂੰ ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਸ਼ੀ ਟੀਵੀ ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਸ਼ੀ ਟੀਵੀ